ਇਹ ਵਿੱਚ ਆਉਂਦੇ ਹਨ ਉਸ ਤੋਂ ਬਾਅਦ ਗੁਰੂ ਸਾਹਿਬ ਜਿਹੜਾ ਕਪੂਰੇ ਨੇ ਜਦੋਂ ਕਿਲੇ ਤੋਂ ਜਵਾਬ ਦਿੱਤਾ ਸੀ ਆ ਫਿਰ ਜਿਹੜੇ ਜੰਗ ਜਿਹੜਾ ਇਹ ਖਦਰਾਨੇ ਦੀ ਢਾਬ ਤੇ ਹੁਣ ਅਸੀਂ ਖਦਰਾਨਾ ਦਾ ਮਤਲਬ ਅੱਜ ਦਾ ਨਾਮ ਉਹਦਾ ਸੀਗੇ ਜੀ ਇਸ ਦਾ ਨਾਮ ਗੁਰੂ ਸਾਹਿਬ ਦੇ ਸਮੇਂ ਹੁੰਦਾ ਸੀਗਾ ਰੂਪਿਆਣੀ ਇਸ ਰੁੱਖ ਦੇ ਕਰੀਬਨ ਇੱਥੇ ਥੱਲੇ ਆ ਕੇ ਗੁਰੂ ਸਾਹਿਬ ਬੈਠੇ ਸਨ ਜੀ ਤੇ ਤੇ ਗੁਰੂ ਸਾਹਿਬ ਇਥੋਂ ਜਿਹੜਾ ਇਹਨਾਂ ਨੂੰ ਸ਼ਰਾਪ ਦਿੱਤਾ ਸੀਗਾ ਜੀ ਕਿ ਤੁਸੀਂ ਜਿਹੜੇ ਉਜਾੜੇ ਤੋਂ ਡਰ ਰਹੇ ਹੋ ਇਹ ਉਜਾੜਾ ਹੋਕੇ ਰਹਿਣਾ ਜੀ ਤੇ ਉਹ ਪਿੰਡ ਜਿਹੜਾ ਇੱਥੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਸਮੇਂ ਖੜੇ ਮ ਆਪਾਂ ਜੀ ਪਿੰਡ ਗੂੜੀ ਸੰਗਰ ਗੂੜੀ ਸੰਗਰ ਇਹ ਮੁਕਸਰ ਜ਼ਿਲ੍ਹੇ ਦਾ ਪਿੰਡ ਹੈ ਜੀ ਇੱਥੇ ਗੁਰਗੋਬਿੰਦ ਸਿੰਘ ਮਾਰਗ ਦੇ ਉੱਪਰ ਆਪਾਂ ਚੱਲਦੇ-ਚੱਲਦੇ ਇੱਥੇ ਆਏ ਸੀਗੇ ਜੀ ਆਓ ਤੁਹਾਨੂੰ ਉਸ ਪਨੇ ਉਸ ਇਤਿਹਾਸ ਤੋਂ ਜਾਣੂ ਕਰਾਉਂਦੇ ਹਾਂ ਜੀ ਪਿੰਡ ਗੁੜੀ ਸਿੰਗਰ ਇਹ ਜੀ ਗੁਰੂ ਸਾਹਿਬ ਜਦੋਂ ਮਾਸੀਵਾੜੇ ਦੇ ਜੰਗਲ ਤੋਂ ਚੱਲ ਕੇ ਗੁਰੂ ਸਾਹਿਬ ਮਾਲਵੇ ਦੀ ਧਰਤੀ ਵਿੱਚ ਆਉਂਦੇ ਹਨ ਉਸ ਤੋਂ ਬਾਅਦ ਗੁਰੂ ਸਾਹਿਬ ਜਿਹੜਾ ਕਪੂਰੇ ਨੇ ਜਦੋਂ ਕਿਲੇ ਤੋਂ ਜਵਾਬ ਦਿੱਤਾ ਸੀ ਆ ਫਿਰ ਜਿਹੜੇ ਜੰਗ ਜਿਹੜਾ ਇਹ ਖਦਰਾਣੇ ਦੀ ਢਾਬ ਤੇ ਹੁਣ ਅਸੀਂ ਖਦਰਾਣਾ ਦਾ ਮਤਲਬ ਅੱਜ ਦਾ ਨਾਮ ਉਹਦਾ ਮੁਖਸਰ ਸਾਹਿਬ ਹੈ ਜੀ ਉਸ ਤੇ ਉੱਪਰ ਜੰਗ ਹੋਣਾ ਸੀ ਉਸ ਤੋਂ ਗੁਰੂ ਸਾਹਿਬ ਜਦੋਂ ਰਾਮਿਆਣਾ ਤੋਂ ਚੱਲਦੇ ਹੋਏ ਫਰ ਉਸ ਤੋਂ ਅਗਲਾ ਪਿੰਡ ਪੈਂਦਾ ਇਹ ਮੱਲਣ ਮੱਲਣ ਤੋਂ ਜਿਹੜਾ ਜਗਰਾਜ ਸਿੰਘ ਸੀਗਾ ਬੜਿੰਗ ਉਸਨੇ ਦੱਸਤਾ ਸੀ ਗੁਰੂ ਸਾਹਿਬ ਦੇ ਸੂਹ ਦੱਸਤੇ ਸੀ ਵੀ ਇਧਰ ਨੂੰ ਗਏ ਗੁਰੂ ਸਾਹਿਬ ਉਸ ਨੂੰ ਸਰਾਫ ਦਿੱਤਾ ਸੀ ਫਿਰ ਗੁਰੂ ਸਾਹਿਬ ਅੱਗੇ ਨੂੰ ਚੱਲ ਕੇ ਇਸ ਪਿੰਡ ਆਏ ਸੀਗੇ ਜੀ ਇਸ ਦਾ ਨਾਮ ਗੁਰੂ ਸਾਹਿਬ ਦੇ ਸਮੇਂ ਹੁੰਦਾ ਸੀਗਾ ਰੂਪਿਆਣੀ ਰੂਪਿਆਣੀ ਇਸ ਪਿੰਡ ਦਾ ਨਾਮ ਸੀਗਾ ਜੀ ਤੇ ਗੁਰੂ ਸਾਹਿਬ ਇਸ ਸਥਾਨ ਦੇ ਉੱਪਰ ਆ ਕੇ ਆ ਜਿਹੜਾ ਤੁਸੀਂ ਦਰਖਤ ਦੇਖ ਰਹੇ ਹੋ ਤੁਹਾਨੂੰ ਉਸੇ ਦਿਖਾਉਨੇ ਜੀ ਇਸ ਦਾ ਡਰਗ ਦੇ ਕਿ ਬਣੇ ਤੇ ਥੱਲੇ ਆ ਕੇ ਗੁਰੂ ਸਾਹਿਬ ਬੈਠੇ ਸਨ ਜੀ ਤੇ ਔਰ ਰੂਪ ਚੰਦ ਖੱਤਰੀ ਜੋ ਇਥੋਂ ਦਾ ਮੋਤਵਾਰ ਸੀਗਾ ਜੀ ਤੇ ਹੋਰ ਜਿਹੜੇ ਪਿੰਡ ਦੇ ਬੰਦੇ ਆ ਕੇ ਉਹਨਾਂ ਨੇ ਗੁਰੂ ਸਾਹਿਬ ਨੂੰ ਆ ਕੇ ਕਿਹਾ ਕਿ ਤੁਹਾਡੇ ਪਿੱਛੇ ਤੁਰਕ ਫੌਜਾਂ ਹਨ ਕਿ ਤੁਰਕ ਫੌਜਾਂ ਦੇ ਭਾਵ ਵੀ ਤੁਹਾਡੇ ਪਿੱਛੇ ਮਗਲ ਲੱਗੇ ਹੋਏ ਹਨ ਜਾਂ ਧਾੜ ਵੀ ਲੋਕ ਤੁਹਾਡੇ ਪਿੱਛੇ ਹਨ ਤਾਂ ਕਿ ਜਿਹੜਾ ਇਹ ਪਿੰਡ ਦਾ ਨੁਕਸਾਨ ਕਰਨਗੇ ਪਿੰਡ ਨੂੰ ਉਜਾੜ ਦੇਣਗੇ ਵੀ ਤੁਹਾਡੀ ਜੰਗ ਹੋਣੀ ਔਰ ਤੁਰਕਾਂ ਦੀ ਜੰਗ ਹੋਣੀ ਔਰ ਪਿੰਡ ਨੂੰ ਉਜਾੜ ਦੇਣਗੇ ਤੇ ਬੇਨਤੀ ਹੈ ਕਿ ਤੁਸੀਂ ਇਸ ਤੋਂ ਅੱਗੇ ਚਲੇ ਜਾਓ ਤੇ ਗੁਰੂ ਸਾਹਿਬ ਨੇ ਤਾਂ ਸਮਾਂ ਜਿਹੜਾ ਮਿੱਥੇ ਹੋਇਆ ਸੀਗਾ ਜਿਹੜਾ ਮਤਲਬ ਕਪੂਰੇ ਨੇ ਜਿਹੜਾ ਬੰਦਾ ਭੇਜਿਆ ਸੀਗਾ ਤੇ ਉਹ ਜਿਹੜਾ ਅਗਲਾ ਮਿੱਥਿਆ ਹੋਇਆ ਸਮਝੀ ਗੁਰੂ ਸਾਹਿਬ ਤਾਂ ਇਸ ਲਈ ਕੁਝ ਸਮੇਂ ਲਈ ਆਰਾਮ ਕਰਨ ਦੇ ਲਈ ਇੱਥੇ ਰੁਕੇ ਸੀਗੇ ਗੁਰੂ ਸਾਹਿਬ ਨੇ ਕਿਹਾ ਵੀ ਅਸੀਂ ਤਾਂ ਅੱਗੇ ਜਾਣਾ ਹੀ ਹੈ ਤੇ ਪਰ ਜਿਹੜਾ ਤੁਸੀਂ ਪਿੰਡ ਉਜੜਨ ਦੀ ਗੱਲ ਕਰਦੇ ਹੋ ਪਰ ਪਿੰਡ ਨੇ ਤਾਂ ਉਜੜਨਾ ਹੀ ਹੈ ਇਹ ਪਿੰਡ ਤਾਂ ਉਜੜ ਕੇ ਹੀ ਰਹੂਗਾ ਤੇ ਗੁਰੂ ਸਾਹਿਬ ਦਾ ਵਚਨ ਹੋਇਆ ਜੀ ਤੇ ਉਹ ਉਸ ਤੋਂ ਬਾਅਦ ਪਿੰਡ ਉਜੜ ਗਿਆ ਜੀ ਇਹ ਤੇ ਅੱਜ ਵੀ ਕਿਥੇ ਨਾ ਉਹਦਾ ਜਗ੍ਹਾ ਹੈਗਾ ਜੀ ਉੱਥੇ ਅ ਸੀਗਾ ਉੱਥੇ ਦਾ ਨਾਮ ਅੱਜ ਵੀ ਉਸ ਦਾ ਮਤਲਬ ਪਿੰਡ ਦੇ ਵਿੱਚ ਜਣਾ ਜਾਂਦਾ ਹੈ ਉੱਥੇ ਉਜੜ ਗਈ ਜੀ ਤੇ ਅੱਜ ਜਿਹੜਾ ਇਸ ਦਾ ਨਾਮ ਪਿੰਡ ਦਾ ਜਿਹੜਾ ਹੈਗਾ ਜੀ ਇਹ ਗੂੜੀ ਸੰਗਰ ਗੂੜੀ ਸੰਗਰ ਦੇ ਨਾਮ ਮਤਲਬ ਇੱਥੇ ਜਿਹੜਾ ਗੁਰੂ ਸਾਹਿਬ ਨੂੰ ਗੁੜ ਦੀ ਘਪੇਲੀ ਪਿੰਡ ਕੀਤੀ ਗਈ ਸੀਗੀ ਤੇ ਉਹ ਜਿਹੜਾ ਉੱਥੇ ਵਰਤਾਇਆ ਗਿਆ ਸੰਗਤ ਦੇ ਜਿਹੜੇ ਮੌਕੇ ਤੇ ਸੀਗੀ ਸਿੰਘ ਸ਼ਿਕਾਇਆ ਗਿਆ ਸੀਗਾ ਜੀ ਤੇ ਇਹ ਗੂੜੀ ਸਿੰਘਰ ਮਤਲਬ ਹੋ ਸਕਦਾ ਵੀ ਉਸ ਗੁੜ ਦੇ ਨਾਮ ਜੁੜ ਕੇ ਜਾਂ ਸਿੰਘਰ ਦਾ ਭਾਵ ਕੀ ਹੋ ਨਹੀਂ ਪਰ ਵੀ ਉਸ ਤੋਂ ਬਾਅਦ ਨਾਮ ਪਿੰਡੇ ਸਸਿਆ ਪਹਿਲਾਂ ਰੂਪਿਆਣੀ ਪਰ ਅੱਜ ਇਸ ਦਾ ਨਾਮ ਜਿਹੜਾ ਗੂੜੀ ਸਿੰਘਰ ਉਹਦੇ ਨਾਮ ਨਾਲ ਜਾਣਿਆ ਜਾਂਦਾ ਜੀ ਤੇ ਆਓ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਹੈ ਜੀ ਬਣਦਾ ਦਰਖਤ ਜਿੱਥੇ ਗੁਰੂ ਸਾਹਿਬ ਆ ਕੇ ਬੈਠੇ ਸਨ ਜੀ ਤੇ ਇਹ ਪੁਰਾਣੇ ਹੀ ਤੇ ਮਾਲਵੇ ਦੇ ਇਲਾਕੇ ਦੇ ਵਿੱਚ ਇਹੀ ਖੁਸ਼ਕ ਜਗ੍ਹਾ ਦੇ ਵਿੱਚ ਇਹ ਸਥਾਨਾਂ ਦੇ ਉੱਪਰ ਇਹ ਇਸੇ ਤਰ੍ਹਾਂ ਦੇ ਦਰਖਤ ਹੁੰਦੇ ਸਨ ਜੀ ਇਹ ਪੁਰਾਣਾ ਦਰਬਾਰ ਸਾਹਿਬ ਹੈ ਜੀ ਹੁਣ ਇਸ ਤੋਂ ਬਾਅਦ ਜਿਹੜਾ ਨਵਾਂ ਦਰਬਾਰ ਸਾਹਿਬ ਦੀ ਉਧਰ ਨਿਉ ਰੱਖੀ ਗਈ ਹੈ ਜੀ ਇਹ ਪੁਰਾਣੇ ਸਮੇਂ ਦਾ ਬਣਿਆ ਹੋਇਆ ਦਰਵਾਰੇ ਅੱਗਾ ਦਰਬਾਰ ਜਿਹੜਾ ਬਣ ਰਿਹਾ ਜੀ ਤੇ ਗੁਰੂ ਸਾਹਿਬ ਇਸ ਤੋਂ ਚੱਲਦੇ ਹੋਏ ਜਿਹੜਾ ਅਗਲੇ ਪਿੰਡ ਕੌਣੀ ਤੇ ਸਰਾਏ ਨਾਗਾ ਉਹਨਾਂ ਪਿੰਡਾਂ ਨੂੰ ਗਏ ਜੀ ਤੇ ਗੁਰੂ ਸਾਹਿਬ ਇੱਥੋਂ ਜਿਹੜਾ ਇਹਨਾਂ ਨੂੰ ਸ਼ਰਾਪ ਦਿੱਤਾ ਸੀਗਾ ਜੀ ਕਿ ਤੁਸੀਂ ਜਿਹੜੇ ਉਜਾੜੇ ਤੋਂ ਡਰ ਰਹੇ ਹੋ ਇਹ ਉਜਾੜਾ ਹੋ ਕੇ ਰਹਿਣਾ ਜੀ ਤੇ ਉਹ ਪਿੰਡ ਜਿਹੜਾ ਇੱਥੋਂ ਉਜੜ ਕੇ ਦੂਸਰੀ ਵਾਰ ਬਸਿਆ ਪਿੰਡ ਗੁੜੀ ਸੰਗਰ ਪੁਰਾਣਾ ਨਾਮ ਸੀਗਾ ਇਹਦਾ ਰੂਪਿਆਣੀ ਤੇ ਉਹੋ ਜਿਹੜਾ ਜਿਹੜੇ ਬੰਦੇ ਨੇ ਕਿਹਾ ਸੀਗਾ ਰੂਪਚੰਦ ਖੱਤਰੀ ਤੇ ਉਹਦਾ ਵੀ ਕੋਈ ਅਨਸਵੰਸ ਨਹੀਂ ਰਹੀ ਜੀ ਤੇ ਇਹ ਪਿੰਡ ਗੁੜੀ ਸੰਗਰ ਦਾ ਇਤਿਹਾਸ ਹੈ ਜੀ ਗੁਰੂ ਸਾਹਿਬ ਇਸ ਤੋਂ ਅੱਗੇ ਇਹ ਗੁਰੂ ਸਾਹਿਬ ਮੁਖਸਰ ਸਾਹਿਬ ਨੂੰ ਜਾਣਦੇ ਸੀਗੇ ਉਸੇ ਤਰੀਕੇ ਦੇ ਨਾਲ ਆਪਾਂ ਮਾਰਗ ਦੇ ਉੱਪਰ ਚੱਲੇ ਹੋਏ ਆਂ ਔਰ ਤੁਹਾਨੂੰ ਦਰਸ਼ਨ ਕਰਾ ਰਹੇ ਆਂ ਜੀ ਅੱਗੇ-ਅੱਗੇ ਚੱਲਦੇ ਹੋਏ ਜਿੱਥੇ-ਜਿੱਥੇ ਮਹਾਰਾਜ ਚਾਰਨ ਚੋ ਉਸੇ ਤਰੀਕੇ ਦੇ ਨਾਲ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਅਪਚਰਨਗਰ ਨਦੇੜ ਸਾਹਿਬ ਤੱਕ ਮਹਾਰਾਜ ਕਿਰਪਾ ਕਰਨ ਔਰ ਤੁਹਾਡਾ ਸਹਿਯੋਗ ਰਿਹਾ ਤਾਂ ਵਧੀਆ ਸਹਿਯੋਗ ਦੇਣਾ ਮਤਲਬ ਭਾਵ ਦੱਸਦਾ ਰਹਿਣਾ ਕਿ ਵੀਡੀਓ ਵਿੱਚ ਕੋਈ ਸੁਧਾਰ ਕਰਨੇ ਹੋਣ ਤਾਂ ਜਰੂਰ ਦੱਸਦੇ ਰਿਹਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ